ਅੰਬਾਲਾ ਸ਼ਹਿਰ ਦੇ ਦੁਕਾਨਦਾਰਾਂ ਨੇ ਡੀਸੀ ਕਪੂਤਲਾ ਅੱਗੇ ਲਗਾਈ ਗੁਹਾਰ। ਕੋਰੋਨਾ ਮਹਾਮਾਰੀ ਦੇ ਵਾਧੇ ਪ੍ਰਸਾਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਅਤੇ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤੋਂ ਫਗਵਾੜਾ ਸ਼ਹਿਰ ਦੇ ਦੁਕਾਨਦਾਰ ਖਫਾ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ 1 ਵਜੇ ਦੁਕਾਨਾਂ ਬੰਦ ਕਰਨ ਦਾ ਸਮਾਂ ਦੁਕਾਨਦਾਰਾਂ ਲਈ ਸਹੀ ਨਹੀਂ ਹੈ, ਕਿਉਂਕਿ ਦੁਕਾਨ ਤੇ ਗਾਹਕ ਆਉਣ ਦਾ ਸਮਾਂ ਤਾਂ 12 ਕੁ ਵਜੇ ਤੱਕ ਦਾ ਹੁੰਦਾ। ਇਸ ਦੇ ਨਾਲ ਹੀ 1 ਵਜੇ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ, ਜਿਸ ਨਾਲ ਕੰਮਕਾਰ ਬਿਲਕੁਲ ਠੱਪ ਹੋ ਚੁੱਕੇ ਹਨ। ਸਮੂਹ ਦੁਕਾਨਦਾਰਾਂ ਨੇ ਡੀਸੀ ਕਪੂਤਲਾ ਅੱਗੇ ਗੁਹਾਰ ਲਗਾਈ ਕਿ ਦੁਕਾਨਾਂ ਦਾ ਸਮਾਂ 4 ਵਜੇ ਤੱਕ ਹੀ ਕਰ ਦਿੱਤਾ ਜਾਵੇ। ਹੋਰ ਕੀ ਕੁਝ ਕਿਹਾ ਦੁਕਾਨਦਾਰਾਂ ਨੇ, ਆਓ ਦੇਖਦੇ ਹਾਂ ਵੀਡੀਓ ਵਿੱਚ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਜ਼ਿਲ੍ਹਾ ਕਪੂਰਥਲਾ ਦੇ ਡੀਸੀ ਮੈਡਮ ਦੀਪਤੀ ਉੱਪਲ ਵੱਲੋਂ ਜਿਹੜਾ ਫਰਮਾਨ ਆਇਆ ਕਿ ਸਵੇਰੇ 8 ਤੋਂ 1 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਜਾਣੀਆਂ, ਉਹਦੇ ਨਾਲ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਕਿਉਂਕਿ ਆਮ ਤੌਰ 'ਤੇ ਘਰਾਂ ਵਿੱਚ ਸਵੇਰ ਦਾ ਟਾਈਮ ਜਿਹੜਾ ਨਾਸ਼ਤੇ ਵਗੈਰਾ ਦਾ ਹੁੰਦਾ, ਲੋਕ 10 ਵਜੇ ਨਾਸ਼ਤੇ ਤੋਂ ਹੀ ਫ੍ਰੀ ਹੁੰਦੇ ਆ, ਉਹ 11-12 ਵਜੇ ਆਮਦ ਸ਼ੁਰੂ ਹੁੰਦੀ ਲੋਕਾਂ ਦੀ, ਉਹਦੇ ਨਾਲ ਹੀ ਫਿਰ ਦੁਕਾਨਾਂ ਬੰਦ ਕਰਨ ਦਾ ਟਾਈਮ ਹੋ ਜਾਂਦਾ ਔਰ ਦੁਕਾਨਦਾਰ ਬੁਰੀ ਤਰ੍ਹਾਂ ਪਿਸ ਰਿਹਾ। ਕਈ ਦੁਕਾਨਦਾਰ ਵੀਰ ਮੇਰੇ ਬਿਨਾਂ ਬੋਣੀ ਕੀਤੇ ਜਾ ਰਹੇ ਆ। ਡੀਸੀ ਸਾਹਿਬਾਂ ਨੂੰ ਚਾਹੀਦਾ ਕਿ ਇਹ ਉਹਨੇ ਵਿਚਾਰ ਕਰਦੇ ਹੋਏ ਟਾਈਮ ਨੂੰ ਚੇਂਜ ਕੀਤਾ ਜਾਵੇ, ਜਾਂ ਤਾਂ ਟਾਈਮ 9 ਤੋਂ 3 ਵਜੇ ਦਾ ਕਰ ਦਿੱਤਾ ਜਾਵੇ, ਜਾਂ 8 ਵਜੇ ਵਾਲਾ ਕੋਈ ਟਾਈਮ ਸਹੀ ਨਹੀਂ ਹੈ, ਜਾਂ ਪਹਿਲੇ ਵਾਲਾ ਟਾਈਮ 12-4 ਦਾ ਕਰਤਾ ਜਾਵੇ, ਉਹ ਵੀ ਠੀਕ ਹੈ ਕਿ ਸਾਨੂੰ ਵਿਚਕਾਰਲਾ ਟਾਈਮ ਮਿਲ ਜਾਂਦਾ ਕਿ ਲੋਕ ਬਾਜ਼ਾਰਾਂ 'ਚ ਆ ਜਾਂਦੇ ਨੇ। ਅਤੇ ਆਹ ਜਿਹੜਾ ਹੁਣ ਟਾਈਮ ਚੱਲ ਰਿਹਾ 8 ਤੋਂ 1 ਬਿਲਕੁਲ ਗਲਤ ਟਾਈਮ ਆ, ਇਹਨੂੰ ਬਦਲਿਆ ਜਾਣਾ ਚਾਹੀਦਾ। ਸਾਡਾ ਜਿਹੜਾ ਟਾਈਮ ਹੈਗਾ ਸਵੇਰੇ ਕਿਹੜਾ ਸਾਨੂੰ ਨਹੀਂ ਨਾ ਮਨਜ਼ੂਰ ਹੈ, ਸਾਨੂੰ ਟਾਈਮ ਹੈਗਾ ਸਾਡਾ ਗਾਹਕ ਕਿਹੜੇ ਟਾਈਮ ਸਿਰ ਉੱਠ ਕੇ ਆਊਗਾ ਜੀ? 12-1 ਵਜੇ ਮਾਰਕੀਟ ਬੰਦ ਹੁੰਦੀ, ਪਿੰਡਾਂ ਗਾਹਕ ਤਾਂ ਸਿਰਫ ਆਉਂਦਾ 11 ਵਜੇ ਸ਼ੁਰੂ ਹੁੰਦਾ ਆ, ਸਾਡਾ ਟਾਈਮ ਹੀ ਵੱਲੋਂ ਬਜਾਇਆ ਹੋਇਆ ਜਾਵੇ, ਅਤੇ ਸਾਨੂੰ ਵੀ ਬੱਚੇ ਪਾਲਣੇ ਸੀ ਵੀ, ਇਸ ਕਰਕੇ ਸਾਡਾ ਟਾਈਮ ਵੀ ਦੁਕਾਨਾਂ 'ਤੇ ਬਜਾਇਆ ਜਾਵੇ ਜੀ। ਔਰ ਯਹਾਂ ਪਰ ਹਮਾਰੀ ਸ਼ੋਪ ਹੈ ਕੱਪੜੇ ਜੀ, ਔਰ ਯਹਾਂ ਪਰ ਹਮੇਂ ਬੜੀ ਪਰੇਸ਼ਾਨੀ ਦਿੱਕਤ ਕਾ ਸਾਹਮਣਾ ਕਰਨਾ ਪੜ ਰਿਹਾ ਹੈ, ਟਾਈਮ ਬੜਾ ਗਲਤ ਹੈ, ਟਾਈਮ ਜੋ ਹੈ 8 ਵਜੇ ਸੇ 1 ਵਜੇ ਤੱਕ ਬਹੁਤ ਗਲਤ ਟਾਈਮ ਦਿਆ ਗਿਆ, ਔਰ ਉਸਕੇ ਬਾਅਦ ਕਸਟਮਰ 1 ਵਜੇ ਸਟਾਰਟ ਹੋਤਾ ਹੈ ਆਉਣਾ, 12 ਵਜੇ 1 ਵਜੇ ਸਟਾਰਟਿੰਗ ਕਸਟਮਰ ਹੋਤੀ ਹੈ, ਉਸਕੇ ਬਾਅਦ ਬੜਾ ਮਤਲਬ ਲੋਸ ਹੋ ਰਿਹਾ ਹੈ, ਕਿਉਂਕਿ ਰੈਂਟ ਜੋ ਹੈ ਹਮਾਰਾ ਬੜਾ ਮਹਿੰਗਾ ਹੈ, ਉਸਮੇ ਰੈਂਟ ਖਰਚਾ ਕੁਝ ਨਹੀਂ ਨਿਕਲ ਰਿਹਾ ਹੈ, ਔਰ ਯਹਾਂ ਤੱਕ ਕਿ ਜੋ ਹਮਾਰੇ ਪਾਸ ਲੇਬਰ ਹੈ ਉਸਕਾ ਵੀ ਰੈਂਟ ਨਹੀਂ ਨਿਕਲ ਰਿਹਾ ਹੈ, ਇਸ ਲਈ ਹਮਾਰਾ ਟਾਈਮ ਚੇਂਜ ਕਰਿਆ ਜਾਏ, ਔਰ ਜੋ ਹੈ ਲੋਕਡਾਊਨ ਜੋ ਹੈ ਹਮਾਰਾ ਬਹੁਤ ਗਲਤ ਦੇ ਰੱਖਾ ਜੋ ਹੈ ਲੋਕਡਾਊਨ ਕਾ, ਇਸ ਤੋਂ ਜੋ ਹੈ ਮਤਲਬ ਟਾਈਮ ਚੇਂਜ ਹੋਣਾ ਚਾਹੀਏ, ਟਾਈਮ ਉਹ 11 ਵਜੇ ਸੇ ਹਮਾਰੇ 4 ਵਜੇ ਤੱਕ ਮਿਲ ਜਾਏ, 10 ਵਜੇ ਸੇ 3 ਹੋ ਜਾਏ, ਇਹ ਟਾਈਮ ਹੋਣਾ ਚਾਹੀਏ, ਹਮੇ ਇਹ ਬੜਾ ਦਿੱਕਤ ਕਾ ਸਾਹਮਣਾ ਲੈਣਾ ਪੜ ਰਿਹਾ ਹੈ। Subscribe now and press the bell icon. Never miss an update.